ਸਤਿ ਸ਼੍ਰੀ ਅਕਾਲ ਜੀ, ਦੇਖ ਰਹੇ ਹੋ ਦੈਨਿਕ ਸੂਰਿਆ ਟੀਵੀ। ਮੈਂ ਤੁਹਾਡੇ ਨਾਲ ਮੀਤ ਔਰ ਮੈਨਾ ਮੌਜੂਦ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਤਾਨਿਆ ਤੇ ਅੱਜ ਅਸੀਂ ਗੱਲ ਕਰਾਂਗੇ ਆਟੇ ਦੀ ਚਿੜੀ ਦੇ ਟ੍ਰੇਲਰ ਦੇ ਬਾਰੇ। ਮੀਤ, ਵਾਟ ਇਜ਼ ਆਟੇ ਦੀ ਚਿੜੀ? ਆਟੇ ਦੀ ਚਿੜੀ ਬੇਸਿਕਲੀ ਨਾਟ ਅ ਕੀੜੀ, ਅਤੇ ਗਲੋਬਲਾਈਜੇਸ਼ਨ ਇਜ਼ ਦਾ ਨੋਨ ਐਜ਼ ਦਾ ਆਟੇ ਦੀ ਚਿੜੀ। ਵਾਟ ਇਜ਼ ਗਲੋਬਲਾਈਜੇਸ਼ਨ? ਗਲੋਬਲਾਈਜੇਸ਼ਨ ਇਜ਼ ਜੋ ਮੈਨੂੰ ਨਹੀਂ ਆਉਂਦਾ। ਓਕੇ, ਸੋ ਅੱਜ ਟ੍ਰੇਲਰ ਰਿਵਿਊ ਕਰਾਂਗੇ ਆਪਾਂ ਨਵੀਂ ਫਿਲਮ ਦਾ, ਜਿਸ ਦੇ ਵਿੱਚ ਨਜ਼ਰ ਆ ਰਹੇ ਨੇ ਅੰਮ੍ਰਿਤ ਮਾਨ, ਨੀਰੂ ਬਾਜਵਾ, ਹਰਬੀ ਸੰਘਾ, ਗੁਰਪ੍ਰੀਤ ਘੁੱਗੀ, ਸਰਦਾਰ ਸੋਹੀ, ਨਿਰਮਲ ਰਿਸ਼ੀ, ਨਿਸ਼ਾ ਬਾਨੋ ਤੇ ਬੀਐਨ ਸ਼ਰਮਾ। ਅਸੀਂ ਤੁਹਾਨੂੰ ਦੱਸਦੇ ਕਿ ਫਿਲਮ ਦੇ ਟ੍ਰੇਲਰ ਦੀ ਸ਼ੁਰੂਆਤ ਹੁੰਦੀ ਹੈ ਚਿੜੀ ਲੱਭਣ ਤੋਂ, ਔਰ ਜਿਹੜਾ ਇਤਲਾਹ ਕਰੇਗਾ ਉਸਨੂੰ ਇਨਾਮ ਵੀ ਦਿੱਤਾ ਜਾਏਗਾ। ਟ੍ਰੇਲਰ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਪੰਜਾਬ ਤੇ ਕੈਨੇਡਾ, ਤੇ ਕਿਤੇ ਨਾ ਕਿਤੇ ਇਸ ਫਿਲਮ ਵਿੱਚ ਦੋਨਾਂ 'ਚ ਕੰਪੈਰੀਜ਼ਨ ਵੀ ਦਿਖਾਇਆ ਗਿਆ। ਜਿੱਥੇ ਇੱਕ ਪਾਸੇ ਅੰਮ੍ਰਿਤ ਮਾਨ ਦੇ ਘਰਦਿਆਂ ਨੂੰ ਪੰਜਾਬ ਪਸੰਦ ਹੈ, ਦੂਜੇ ਹੀ ਪਾਸੇ ਨੀਰੂ ਬਾਜਵਾ ਨੂੰ ਪੰਜਾਬ ਨਹੀਂ ਪਸੰਦ ਤੇ ਉਹ ਨਹੀਂ ਜਾਣਾ ਚਾਹੁੰਦੀ। ਟ੍ਰੇਲਰ ਤੋਂ ਇਹ ਲੱਗ ਰਿਹਾ ਕਿ ਫਿਲਮ 'ਚ ਦਾਦੇ ਤੇ ਪੋਤੇ ਦਾ ਪਿਆਰ ਦਿਖਾਇਆ ਗਿਆ, ਤੇ ਉਹ ਦਾਦੇ ਦੇ ਨਾਲ ਪੰਜਾਬ ਜਾਣਾ ਚਾਹੁੰਦਾ ਹੈ, ਪਰ ਇਹ ਗੱਲ ਕਿਤੇ ਨਾ ਕਿਤੇ ਨੀਰੂ ਬਾਜਵਾ ਨੂੰ ਖਟਕਦੀ ਹੈ, ਕਿਉਂਕਿ ਨੀਰੂ ਬਾਜਵਾ ਸੋਚਦੀ ਹੈ ਕਿ ਜੋ ਅੱਜ ਦਾ ਪੰਜਾਬ ਆ ਉਹ ਪਹਿਲੇ ਵਾਂਗ ਨਹੀਂ ਰਿਹਾ, ਤਾਂ ਹੀ ਉਸਨੂੰ ਪੰਜਾਬ ਨਹੀਂ ਪਸੰਦ, ਉਹ ਰੰਗਲਾ ਪੰਜਾਬ ਨੂੰ ਗੰਦਲਾ ਪੰਜਾਬ ਵੀ ਆਖਦੀ ਹੈ। ਤੇ ਫਿਰ ਇੱਥੇ ਆਉਂਦਾ ਇੱਕ ਟਵਿਸਟ। ਨੀਰੂ ਬਾਜਵਾ ਕਹਿੰਦੀ ਹੈ ਕਿ ਜੇ ਪੰਜਾਬ ਸਾਫ਼ ਸੁਥਰਾ ਹੋਇਆ ਤੇ ਤੁਹਾਡੀਆਂ ਸਾਰੀਆਂ ਸ਼ਰਤਾਂ ਮੰਨੀਆਂ ਜਾਣਗੀਆਂ, ਜੇ ਨਹੀਂ ਹੋਇਆ ਤਾਂ ਮੇਰੀ ਸਾਰੀ ਸ਼ਰਤਾਂ ਮੰਨੀਆਂ ਜਾਣਗੀਆਂ। ਔਰ ਇਸ ਫਿਲਮ ਦੀ ਸਟੋਰੀ ਦੇ ਵਿੱਚ ਵੀ ਇਹ ਸਾਫ਼ ਪਤਾ ਲੱਗ ਰਿਹਾ ਕਿ ਫਿਲਮ ਦੇ ਵਿੱਚ ਕਾਮੇਡੀ ਦਾ ਤੜਕਾ ਵੀ ਹੈ। ਗੁਰਪ੍ਰੀਤ ਘੁੱਗੀ, ਬੀਐਨ ਸ਼ਰਮਾ, ਸਰਦਾਰ ਸੋਹੀ, ਕਰਮਜੀਤ ਅਨਮੋਲ ਤੁਹਾਨੂੰ ਇੰਨਾ ਜ਼ਿਆਦਾ ਆਸਾਨਗੀ ਤੁਸੀਂ ਸੋਚ ਵੀ ਨਹੀਂ ਸਕਦੇ। ਔਰ ਮੀਤ, ਸਭ ਤੋਂ ਵਧੀਆ ਗੱਲ ਇਹ ਹੈ ਕਿ ਨਿਰਮਲ ਰਿਸ਼ੀ ਨੂੰ ਮਾਡਰਨ ਲੁੱਕ 'ਚ ਦਿਖਾਇਆ ਗਿਆ। ਜੇ ਪੰਜਾਬ ਦੀ ਕੋਈ ਲੇਡੀ ਕੈਨੇਡਾ ਜਾ ਕੇ ਜਿੱਦਾਂ ਦੀ ਬਣ ਜਾਂਦੀ ਨਾ, ਉਦਾਂ ਦਾ ਸੇਮ ਨਿਰਮਲ ਰਿਸ਼ੀ ਨੂੰ ਦਿਖਾਇਆ ਗਿਆ। ਅਤੇ ਨਾਲ ਇੱਕ ਹੋਰ ਟਵਿਸਟ ਹੈ, ਟ੍ਰੇਲਰ ਆਉਣ ਤੋਂ ਬਾਅਦ ਪਤਾ ਚੱਲਿਆ ਕਿ ਫਿਲਮ 'ਚ ਐਮੀ ਵਿਰਕ ਵੀ ਹੈ ਤੇ ਰੁਬੀਨਾ ਬਾਜਵਾ ਵੀ ਹੈ। ਤੇ ਉੱਥੇ ਜੇਕਰ ਫਿਲਮ ਦੀ ਡਾਇਰੈਕਸ਼ਨ ਦੀ ਗੱਲ ਕਰੀਏ ਤੇ ਫਿਲਮ ਨੂੰ ਡਾਇਰੈਕਟ ਕੀਤਾ ਹੈ ਹੈਰੀ ਪੱਟੀ ਨੇ, ਤੇ ਇਸ ਫਿਲਮ ਨੂੰ ਪ੍ਰੋਡਿਊਸ ਕਰ ਰਹੇ ਤੇਗਬੀਰ ਸਿੰਘ ਵਾਲੀਆ ਤੇ ਚਰਨਜੀਤ ਸਿੰਘ ਵਾਲੀਆ। ਔਰ ਇਹ ਫਿਲਮ ਆ ਰਹੀ ਹੈ 19 ਅਕਤੂਬਰ ਨੂੰ, ਯਾਨੀ ਕਿ ਦੁਸਹਿਰੇ ਦੇ ਮੌਕੇ ਤੇ ਪਟਾਕੇ ਪਾਉਣ ਦੇ ਲਈ। ਫਿਲਮ ਦੇ ਟ੍ਰੇਲਰ ਨੂੰ ਤਾਂ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ, ਹੁਣ ਦੇਖਦੇ ਹਾਂ ਕਿ ਜਦੋਂ ਫਿਲਮ ਰਿਲੀਜ਼ ਹੋਏਗੀ ਕਿੱਦਾਂ ਦਾ ਰਿਸਪਾਂਸ ਰਹਿੰਦਾ। ਵੈਸੇ ਆਟੇ ਦੀ ਚਿੜੀ ਮੈਂ ਤਾਂ ਛੋਟੇ ਹੁੰਦੇ ਦੇਖੀ, ਅੱਜ ਕੱਲ੍ਹ ਦੇ ਬੱਚੇ ਜਿਹੜੇ ਮੋਮੋਸ ਦੀਆਂ ਚਿੜੀਆਂ, ਬਰਗਰ ਦੀਆਂ ਚਿੜੀਆਂ, ਪੀਜ਼ੇ ਦੀਆਂ ਚਿੜੀਆਂ ਵੇਖਦੇ ਆ। ਫਿਲਹਾਲ ਮਜ਼ਾਕ ਇੱਕ ਪਾਸੇ ਰਿਹਾ, ਤੇ ਤੁਸੀਂ ਦੇਖਦੇ ਰਹੋ ਸਵੇਰਾ ਟੀਵੀ, ਐਂਡ ਫੋਰ ਮੋਰ ਬਾਲੀਵੁੱਡ ਐਂਡ ਪਾਲੀਵੁੱਡ ਅਪਡੇਟ ਸਬਸਕ੍ਰਾਈਬ ਆਰ ਚੈਨਲ ਸਵੇਰਾ ਸਟਾਰ ਟਾਕਸ।